ਪੰਜਾਬੀ ਲੋਕ ਗਾਇਕੀ ਦਾ ਸ਼ਹਿਨਸ਼ਾਹ ਕੁਲਦੀਪ ਮਾਣਕ ਕਿਸੇ ਚੰਗੇ ਉਸਤਾਦ ਸੰਗੀਤਕਾਰ ਦਾ ਤਰਾਸ਼ਿਆ ਹੋਇਆ ਹੀਰਾ ਅੱਜ ਸਾਰੀ ਦੁਨੀਆ 'ਚ ਕੋਈ ਨੂਰ ਬਣ ਕੇ ਚਮਕ ਰਿਹਾ ਹੈ ਅਤੇ ਇਹ ਵਿਸ਼ਵ ਦਾ ਮਾਣ ਹੈ ਅਤੇ ਹਮੇਸ਼ਾ ਰਹੇਗਾ। ਜਿਸ ਦੇ ਰੋਮ ਰੋਮ ਵਿੱਚ ਗਾਇਕੀ ਵਸਦੀ ਹੈ, ਮਾਂ ਸਰਸਵਤੀ ਦੀ ਇਸ ਉੱਤੇ ਬੇਹੱਦ ਕਿਰਪਾ ਹੈ, ਸ਼ਿਵਜੀ ਮਹਾਰਾਜ ਦਾ ਇਸ ਨੂੰ ਵਰ ਹੈ। ਇਹ ਸੰਗੀਤ ਦੀਆਂ ਬਰੀਕੀਆਂ ਤੋਂ ਪੂਰਾ ਜਾਣੂ ਹੈ ਕਿਉਂਕਿ ਇਹ ਮੀਰਜ਼ਾਦਾ ਮਰਦਾਨੇ ਕਰਿਆਨੇ 'ਚੋਂ ਹੈ। ਇਸ ਉੱਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵੀ ਮਿਹਰ ਹੈ। ਇਸਦੀ ਗਾਇਕੀ ਪਟਿਆਲਾ ਸੰਗੀਤ ਘਰਾਣੇ ਨਾਲ ਸੰਬੰਧਿਤ ਹੈ। ਇਹਨਾਂ ਦੇ ਵਡੇਰੇ ਰਿਆਸਤ ਨਾਭਾ ਅਤੇ ਪਟਿਆਲਾ ਦੇ ਗਵੱਈਏ ਅਤੇ ਸਜਿੰਦੇ ਰਹੇ ਹਨ, ਜਿਨ੍ਹਾਂ ਤੋਂ ਇਸਨੇ ਸੰਗੀਤ ਦੀ ਤਾਲੀਮ ਹਾਸਲ ਕੀਤੀ ਅਤੇ ਆਪ ਇੱਕ ਮਹਾਨ ਗਾਇਕ, ਮਹਾਨ ਸੰਗੀਤਕਾਰ, ਮਹਾਨ ਤਰਜ ਸਾਜ ਹੋ ਨਿਬੜੇ ਹਨ। ਜਿੱਥੇ ਵੀ ਪੰਜਾਬੀ ਵਸਦੇ ਹਨ, ਭਾਵੇਂ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਹੋਣ, ਉਹ ਇਸਦੀ ਗਾਇਕੀ ਤੋਂ ਭਰਪੂਰ ਜਾਣੂ ਹਨ। ਇਸਨੇ ਜਿਸ ਦਿਨ ਤੋਂ ਗਾਇਕੀ ਵਿੱਚ ਪੈਰ ਧਰਿਆ ਹੈ, ਮੁੜ ਕੇ ਪਿੱਛੇ ਨਹੀਂ ਵੇਖਿਆ। ਇਸਨੇ ਦੋ ਗਾਣੇ, ਲੋਕ ਤੱਤ, ਲੋਕ ਗੀਤ, ਲੋਕ ਗਾਥਾਵਾਂ ਆਦਿ ਸਭ ਨੂੰ ਖੂਬ ਗਾਇਆ ਹੈ। ਗੱਲ ਕੀ, ਜੋ ਵੀ ਇਸਨੇ ਗਾਇਆ ਹੈ ਉਸਨੂੰ ਸਰੋਤਿਆਂ ਨੇ ਪ੍ਰਵਾਨ ਕੀਤਾ ਹੈ। ਇਸਦੇ ਸਰੋਤੇ ਇਸਨੂੰ ਲੋਕ ਗਾਥਾਵਾਂ ਦਾ ਬਾਦਸ਼ਾਹ ਕਹਿ ਕੇ ਸਤਿਕਾਰ ਦਿੰਦੇ ਹਨ। ਇਹ ਲੋਕ ਗਾਇਕੀ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ਹੈ। ਇਸ ਮੀਲ ਪੱਥਰ ਨੂੰ ਨਾ ਤਾਂ ਕੋਈ ਪਾਰ ਕਰ ਸਕਿਆ ਹੈ ਅਤੇ ਨਾ ਹੀ ਕਿਸੇ ਹੋਰ ਗਾਇਕ ਤੋਂ ਇਹ ਆਸ ਹੈ। ਇਸਦਾ ਉਸ ਖਾਨਦਾਨ ਨਾਲ ਸੰਬੰਧ ਹੈ ਜਿਨ੍ਹਾਂ ਦੇ ਘਰ 24 ਘੰਟੇ ਸਾਜ ਵੱਜਦੇ ਅਤੇ ਖੁੱਲ੍ਹੇ ਰਹਿੰਦੇ ਹਨ। ਅਗਰ ਇਸ ਨੂੰ ਕੋਈ ਪੁੱਛੇ ਕਿ ਤੁਹਾਨੂੰ ਗਾਇਕੀ ਦਾ ਸ਼ੌਂਕ ਕਦੋਂ ਪਿਆ, ਇਹ ਇੱਕ ਗੁੰਝਲਦਾਰ ਸਵਾਲ ਹੈ। ਜਿਵੇਂ ਮੱਛੀ ਦਾ ਜਨਮ ਸਮੁੰਦਰ ਵਿੱਚ ਹੁੰਦਾ ਹੈ, ਇਸ ਤਰ੍ਹਾਂ ਇਸ ਗਾਇਕ ਦਾ ਜਨਮ ਵੀ ਸੰਗੀਤ ਦੇ ਸਮੁੰਦਰ ਵਿੱਚ ਹੋਇਆ ਹੈ। ਜਿਵੇਂ ਮੱਛੀ ਜੰਮਦੀ ਸਮੁੰਦਰ ਦੀਆਂ ਲਹਿਰਾਂ ਤੋਂ ਜਾਣੂ ਹੁੰਦੀ ਹੈ, ਇਸ ਤਰ੍ਹਾਂ ਇਹ ਗਾਇਕ ਵੀ ਸੰਗੀਤ ਰੂਪੀ ਸਮੁੰਦਰ ਦੀਆਂ ਲਹਿਰਾਂ ਤੋਂ ਜਾਣੂ ਹੈ। ਬੇਸ਼ੱਕ ਇਸਨੇ ਕਈ ਸਟੇਜਾਂ ਉੱਤੇ ਪਹਿਲਾਂ ਵੀ ਗਾਇਆ ਹੈ, ਪਰ ਇਸਦੀ ਗਾਇਕੀ ਜਾਂ ਲੋਕ ਗਾਇਕੀ ਪ੍ਰਸਿੱਧ ਗਾਇਕ ਹਰਚਰਨ ਗਰਿਆਲ ਅਤੇ ਸੁਰਿੰਦਰ ਸੀਮਾ ਦੀ ਜੋੜੀ ਨਾਲ ਸ਼ਾਮਲ ਹੋਣ ਤੋਂ ਬਾਅਦ ਹੀ ਪ੍ਰਵਾਨ ਚੜ੍ਹੀ ਹੈ। ਪਹਿਲਾਂ ਉਹਨਾਂ ਨਾਲ ਬਤੌਰ ਢੋਲਕ ਮਾਸਟਰ ਇਸਨੇ ਕੰਮ ਕੀਤਾ ਅਤੇ ਹੌਲੀ ਹੌਲੀ ਗਾਇਕੀ ਵੱਲ ਧਿਆਨ ਕੇਂਦਰਿਤ ਹੁੰਦਾ ਗਿਆ। ਇਸਨੇ ਅਜਿਹੀ ਲਗਨ, ਹਿੰਮਤ ਅਤੇ ਹੌਸਲੇ ਨਾਲ ਇਸ ਖੇਤਰ 'ਚ ਕੰਮ ਕੀਤਾ ਹੈ ਕਿ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਦਾ ਗਿਆ। ਇਸਨੇ ਨਰਿੰਦਰ ਬੀਬਾ, ਮੁਹੰਮਦ ਸਦੀਕ ਅਤੇ ਜਗਮੋਹਨ ਕੌਰ ਹੋਰਾਂ ਨਾਲ ਵੀ ਕੰਮ ਕੀਤਾ ਹੈ। ਇਸਦੀ ਲਗਨ, ਮਿਹਨਤ ਅਤੇ ਇਮਾਨਦਾਰੀ ਨੇ ਖੂਬ ਰੰਗ ਵਿਖਾਏ, ਜਿਸ ਦੀ ਬਦੌਲਤ ਇਹ ਪੌੜੀ ਪੌੜੀ ਚੜ੍ਹ ਕੇ ਗਾਇਕੀ ਦੇ ਸਿਖਰ 'ਤੇ ਪਹੁੰਚ ਗਿਆ ਹੈ। ਇਸਦੀ ਪਹਿਲੀ ਰਿਕਾਰਡਿੰਗ ਵਿਸ਼ਵ ਪ੍ਰਸਿੱਧ ਕੰਪਨੀ HMV ਵਿੱਚ ਵਿਸ਼ਵ ਪ੍ਰਸਿੱਧ ਗਾਇਕਾ ਸੁਰਿੰਦਰ ਸੀਮਾ ਨਾਲ ਵਿਸ਼ਵ ਪ੍ਰਸਿੱਧ ਸੰਗੀਤਕਾਰ ਕੇਸਰ ਸਿੰਘ ਨਰੂਲਾ ਦੇ ਸੰਗੀਤ ਵਿੱਚ ਹੋਈ। ਇਹਨਾਂ ਦੋਵਾਂ ਹੀ ਗੀਤਾਂ ਦੇ ਬੋਲ ਹੇਠ ਲਿਖੇ ਅਨੁਸਾਰ ਹਨ। ਚਿੱਟਿਆਂ ਦੰਦਾਂ 'ਤੇ ਪੈ ਗਈ ਬਰੇਤੀ, ਡੂੰਘੇ ਪੈ ਗਏ ਕਾਸੇ, ਲੌਂਗ ਕਰਾਂ ਮਿੱਤਰਾ, ਮਛਲੀ ਪਾਉਣਗੇ ਮਾਪੇ। ਲੇਖਕ ਸ਼੍ਰੋਮਣੀ ਸਾਹਿਤਕਾਰ ਸਰਦਾਰ ਗੁਰਦੇਵ ਸਿੰਘ ਮਾਨ। ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਖੰਡ ਦੀ ਪੁੜੀ, ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ। ਲੇਖਕ ਬਾਬੂ ਸਿੰਘ ਮਾਨ। ਇਹ ਉਪਰਕਤ ਦੋਵੇਂ ਗੀਤ ਬਹੁਤ ਹੀ ਮਕਬੂਲ ਹੋਏ, ਇੱਥੋਂ ਤੱਕ ਕਿ ਸਪੀਕਰਾਂ ਵਾਲਿਆਂ ਨੇ ਇਹ ਗੀਤ ਬਲੈਕ 'ਚ ਖਰੀਦੇ, ਭਾਵ 5-5 ਰੁਪਏ ਦਾ ਰਿਕਾਰਡ 15-15 ਰੁਪਇਆਂ 'ਚ ਖਰੀਦਿਆ। ਇਹ ਦੋਵੇਂ ਹੀ ਗੀਤ ਬੱਚੇ ਦੀ ਜ਼ੁਬਾਨ 'ਤੇ ਚੜ੍ਹੇ, ਇਹਨਾਂ ਨਾਲ ਇਸਦੀ ਪ੍ਰਸਿੱਧੀ ਘਰ ਘਰ ਪਹੁੰਚ ਗਈ। ਫਿਰ ਕਾਫੀ ਸਮਾਂ ਇਸਦੀ ਰਿਕਾਰਡਿੰਗ ਨਾ ਹੋਈ। ਮਾਣਕ ਦੇ ਸਾਰੇ ਗੀਤ ਬੇਸ਼ੱਕ ਬਹੁਤ ਪ੍ਰਸਿੱਧ ਹੋਏ ਹਨ, ਫਿਰ ਇਸਨੇ ਮਹਾਨ ਗਾਇਕਾ ਨਰਿੰਦਰ ਬੀਬਾ ਜੀ ਦੀ ਛੋਟੀ ਭੈਣ ਸਤਿੰਦਰ ਬੀਬਾ ਨਾਲ ਦੋ ਗਾਣਿਆਂ ਦੀ ਰਿਕਾਰਡਿੰਗ ਕਰਵਾਈ। ਦੋਵੇਂ ਉਸ ਸਮੇਂ ਕਾਫੀ ਪ੍ਰਸਿੱਧੀ ਹਾਸਲ ਕਰ ਗਏ, ਪਰ ਅਚਾਨਕ ਸਤਿੰਦਰ ਬੀਬਾ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਇਸਦੀ ਗਾਇਕੀ ਵਿੱਚ ਖੜੋਤ ਆ ਗਈ, ਪਰ ਇਹਨਾਂ ਦੇ ਦੋ ਗਾਣਿਆਂ ਨੂੰ ਲੋਕਾਂ ਨੇ ਬੜੇ ਹੀ ਪਿਆਰ ਨਾਲ ਸੁਣਿਆ ਅਤੇ ਆਨੰਦ ਮਾਣਿਆ। ਇਸ ਗਾਇਕ ਨੇ ਫਿਰ ਦੁੱਲਾ, ਕੋਲਾ, ਜੈਮਲ,
ਫਤਿਹ, ਹੀਰ, ਚਾਰ ਲੋਕ ਗਾਥਾਵਾਂ ਗਾਈਆਂ ਜਿਨ੍ਹਾਂ ਨੇ ਰਾਤੋ ਰਾਤ ਦੇਵ ਤਰੀਕਿਆਂ ਵਾਲੇ ਅਤੇ ਇਸਨੂੰ ਸੁਪਰ ਡੁਪਰ ਸਟਾਰ ਬਣਾ ਦਿੱਤਾ। ਇਸਦੀ ਗਾਇਕੀ ਹੋਰ ਗਾਇਕਾਂ ਨਾਲੋਂ ਵੱਖਰੀ ਹੋਣ ਕਰਕੇ ਬਹੁਤ ਹੀ ਚਰਚਿਤ ਹੋਈ। ਬੇਸ਼ੱਕ ਇਸ EP ਤੋਂ ਪਹਿਲਾਂ ਇਸਦੇ 2 EP ਅਤੇ 2 SP ਰਿਕਾਰਡ ਮਾਰਕੀਟ ਵਿੱਚ ਆਏ ਅਤੇ ਕੁਝ ਚਰਚਿਤ ਹੋਏ, ਪਰ ਜੋ ਪ੍ਰਸਿੱਧੀ ਲੋਕ ਗਾਥਾਵਾਂ ਦੇ AP ਤੋਂ ਹੋਈ ਉਹ ਕਿਸੇ ਹੋਰ ਤੋਂ ਨਾ ਹੋਈ। ਇਸ AP ਤੋਂ ਬਾਅਦ ਜੋ ਵੀ ਇਸਨੇ ਗਾਇਆ ਉਹ ਗਰਮ ਪਕੌੜਿਆਂ ਵਾਂਗ ਵਿਕਿਆ। ਇਸਦੇ ਸਾਰੇ SP, EP, ਸੁਪਰ 7 ਆਦਿ ਜੋ ਰਿਕਾਰਡ ਹੋਏ ਸਭ ਨੂੰ ਸਰੋਤਿਆਂ ਨੇ ਪ੍ਰਵਾਨ ਕੀਤਾ ਅਤੇ ਮਾਨਤਾ ਦਿੱਤੀ। ਇਸਦੀ ਸਾਰੀ ਗਾਇਕੀ ਬੁਲੰਦੀਆਂ ਛੂਹ ਗਈ ਅਤੇ ਹਮੇਸ਼ਾ ਛੂੰਹਦੀ ਰਹੇਗੀ। ਇਸਦੀ ਗਾਇਕੀ ਹਮੇਸ਼ਾ ਹੀ ਸਰੋਤਿਆਂ ਦੇ ਦਿਲਾਂ 'ਚ ਰਾਜ ਕਰਦੀ ਰਹੇਗੀ। ਇਸਦੇ ਕਈ ਗੀਤ ਅਤੇ ਲੋਕ ਗਾਥਾਵਾਂ, ਲੋਕ ਤੱਤ ਹਮੇਸ਼ਾ ਹੀ ਅਮਰ ਰਹਿਣਗੇ। ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲੇ ਹੋ, ਤੇਰੇ ਟਿੱਲੇ ਤੋਂ ਉਹ ਸੂਰਤ ਦਿੰਦੀ ਏ ਹੀਰ ਦੀ, ਕਹੇ ਰਸਾਲੂ ਰਾਣੀ ਏ ਕੁੰਡ ਮੂੰਹ ਤੋਂ ਲਾ ਦੇ, ਦੁੱਲਿਆ ਵੇ ਟੋਕਰਾ ਚੁਕਾਈ ਆਣ ਕੇ, ਆਖੇ ਅਕਬਰ ਬਾਦਸ਼ਾਹ ਸਦ ਜੈਮਲ ਨੂੰ ਦਰਬਾਰ, ਪਟਕਾ ਰਾਂਝੇ ਦਾ ਕਿਤੇ ਚੱਲ ਕੇ ਤਾਂ ਤੇਲ ਚੁਆ ਅੜੀਏ, ਬੈਗੋ ਨਾਰ ਸੋਹਣੀ ਮਹੀਵਾਲ ਪੂਰਨ ਭਗਤ ਆਦਿ ਬਹੁਤ ਹੀ ਮਾਨਤਾ ਪ੍ਰਾਪਤ ਕਰ ਚੁੱਕੇ ਹਨ। ਇਸ ਤੋਂ ਉਪਰੰਤ ਇਸ ਗਾਇਕ ਨੇ ਸਿੰਘ ਸੂਰਮੇ, ਝੰਡੇ, ਖਾਲਸਾ ਰਾਜ ਦੇ 2 ਗੱਭਰੂ, ਪੰਜਾਬ ਦੇ ਸ਼ਹੀਦ ਭਗਤ ਸਿੰਘ ਅਤੇ ਸਰਦਾਰ ਊਧਮ ਸਿੰਘ ਸੁਨਾਮ, ਸੁੱਚਾ ਸੂਰਮਾ, ਜੋਣਾ ਮੋੜ ਆਦਿ ਜੋ ਵੀ ਗਾਇਆ ਬਹੁਤ ਹੀ ਮਕਬੂਲ ਹੋਇਆ। ਇਸਦੇ ਧਾਰਮਿਕ ਰਚਨਾਵਾਂ ਨੂੰ ਵੀ ਸਰੋਤਿਆਂ ਨੇ ਸਾਹ ਰੋਕ ਕੇ ਸੁਣਿਆ ਹੈ। ਇਹ ਗੱਲ ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਸਨੇ ਪੰਜਾਬੀ ਮਰਦ ਗਾਇਕਾਂ ਵਿੱਚੋਂ ਸਭ ਤੋਂ ਵੱਧ ਲੋਕ ਗਾਥਾਵਾਂ ਅਤੇ ਸਿੱਖ ਇਤਿਹਾਸ ਨੂੰ ਗਾਇਆ ਹੈ, ਕਰਕੇ ਇਹ ਗਾਇਕ ਹਰ ਵਰਗ ਦਾ ਚਹੇਤਾ ਗਾਇਕ ਹੋ ਨਿਬੜਿਆ ਹੈ। ਗੱਲ ਕਿ ਇਸਨੇ ਹਰ ਵਿਸ਼ੇ ਨੂੰ ਆਪਣੀ ਗਾਇਕੀ ਦਾ ਸ਼ਿੰਗਾਰ ਬਣਾਇਆ ਹੈ ਆਪਣੀ ਸੁਰੀਲੀ ਅਤੇ ਬੁਲੰਦ ਆਵਾਜ਼ ਦੇ ਕੇ। ਸੋ ਦੋਸਤੋ, ਇਹ ਕਿੱਸਾ ਮੈਂ ਕੁਲਦੀਪ ਮਾਣਕ ਸਾਹਿਬ ਦਾ ਪੰਜਾਬੀ ਕਿਤਾਬ ਪੰਜਾਬੀ ਲੋਕ ਗਾਇਕੀ ਦਾ ਸ਼ਹਿਨਸ਼ਾਹ ਕੁਲਦੀਪ ਮਾਣਕ ਗੁਲਜਾਰ ਸਿੰਘ ਸ਼ੌਂਕੀ ਦੀ ਜੋ ਲਿਖੀ ਹੋਈ ਹੈ ਉੱਥੋਂ ਪੜ੍ਹ ਕੇ ਸੁਣਾਇਆ ਹੈ। ਇਸੇ ਤਰ੍ਹਾਂ ਤੁਹਾਨੂੰ ਸਮੇਂ-ਸਮੇਂ 'ਤੇ ਪੰਜਾਬੀ ਕਲਾਕਾਰਾਂ ਬਾਰੇ ਜਾਣੂ ਕਰਵਾਉਂਦੇ ਰਹਾਂਗੇ। ਹੁਣ ਲਈ ਦਿਓ ਇਜਾਜ਼ਤ ਪ੍ਰੀਤ ਡੁਗਰੀ ਦੇ ਨਾਲ, ਸਾਡਾ ਪੰਜਾਬੀ ਵਿਰਸਾ। ਧੰਨਵਾਦ ਦੋਸਤੋ।